ਮੁੰਡੇ ਨੇ ਨਮਸਕਾਰ ਕੀਤੀ ਹੈ। ਉਧਰਲੇ ਪਾਸੇ ਕਬੱਡੀ ਮੇਰੀ ਜਿੰਦ ਜਾਨ ਪੇਜ ਦੇ ਉੱਤੇ ਵੀ ਅੱਜ ਅਪਡੇਟਾਂ ਚੱਲ ਰਹੀਆਂ ਹੈ। ਸੋਨੂ ਅਰੋੜਾ ਤੋਤੇ ਵਾਲਾ ਉਹ ਵੀ ਹਰ ਇੱਕ ਮੈਚ ਦੀ ਹਰ ਇੱਕ ਗੱਲ ਬੜੀ ਤਬਦੀਲੀ ਦੇ ਨਾਲ ਲਿਖਦਾ ਜਾ ਰਿਹਾ ਹੈ। ਆ ਦੇਖੋ ਇਧਰਲੇ ਪਾਸੇ ਪੈਂਦੀ ਹੋਈ ਰੇਡ, ਲੱਗਦਾ ਹੋਇਆ ਜਫਾ ਤੇ ਪੁਆਇੰਟ ਧਾੜੀ ਦੇ ਖਾਤੇ ਦੇ ਵਿੱਚ ਹੈ। ਪੁਆਇੰਟ ਜਿਹੜਾ ਰੂੜੇ ਕੇ ਗੱਲਾਂ ਦੇ ਖਾਤੇ ਦੇ ਵਿੱਚ ਜਾਂਦਾ ਹੋਇਆ, ਅਗਲੀ ਰੇਡ ਸ਼ਕੂਰ ਦੀ ਤੇ ਗੱਲ ਅਮਰੀਕ ਦੀ ਹੋਵੇਗੀ। ਆਓ ਸਾਹਮਣੇ, ਕਹਿੰਦੇ ਜੀਤੇ ਦਾ ਜਰੇਰ ਪਿੰਡ ਹੈ, ਜੀਤਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਖੇਡ ਦੇ ਮੈਦਾਨ ਦੇ ਵਿੱਚ। ਉਧਰ ਅਨਮੋਲ ਹੋਣੀ ਵੀਰ ਹੈ, ਜੱਸੇ ਹੋਣੀ ਆਏ ਹੈ, ਸਾਰੇ ਭਰਾ ਸਰਾਵਾਂ ਵਾਲੇ ਮੁੰਡਿਆਂ ਦਾ ਵੀ ਧੰਨਵਾਦ ਹੈ। ਇਹ ਮੁੰਡੇ ਦੂਰ ਦੁਰਾਡੇ ਸਾਰੇ ਕੋਈ ਚੂੜ ਚੱਕ ਤੋਂ ਆਇਆ ਹੋਇਆ ਅੱਜ। ਆਓ ਜੀਤਾ ਜਰੇਰ ਵਾਲਾ, ਕਹਿੰਦੇ ਗੁਰੂ ਨਾਨਕ ਕਾਲਜ ਮੋਗਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਪਰ ਨਿਮਰਤਾ ਬੜੀ ਹੈ, ਬਾ ਬਹੁਤ ਸੋਹਣਾ ਖੇਡਿਆ। ਜਨੇਰ ਵਾਲਾ ਕਹਿੰਦੇ ਅੱਜ ਦੀਪਾ ਵੀ ਆਇਆ ਹੋਇਆ। ਆਓ ਘੁੜਸ ਵਾਲੇ, ਸੋਨੀ ਦੀ ਰੇਡ ਹੈ, ਲੈ ਵੀ ਜਸਵਿੰਦਰ ਕਰ ਗੱਲ ਮੁੰਡੇ ਦੀ। ਓਏ ਘੁੜਸ ਦੀ ਧਰਤੀ ਕਹਿੰਦੇ ਨੇ, ਜ਼ਿਲ੍ਹੇ ਬਰਨਾਲੇ ਦੇ ਤਪੇ ਦੀ ਏਰੀਏ ਦੀ ਗੱਲ ਚੱਲਦੀ ਹੈ ਨਾ, ਤਾਂ ਘੁੜਸ ਪਿੰਡ ਗੇਜਾ ਸਿੰਘ ਜੀ ਦਾ, ਸੰਤ ਬਲਵੀਰ ਸਿੰਘ ਜੀ ਦਾ ਹੈ। ਸੋਨੀ ਦੇ ਰੇਡ ਦੇ ਉੱਤੇ ਲੱਗਦਾ ਹੋਇਆ ਜਫਾ। ਇਧਰਲੇ ਪਾਸੇ ਹੈਪੀ ਭਾਂਗਰ ਵਾਲਾ, ਭਾਂਗਰ ਵਾਲਾ ਇਹ ਚੜ੍ਹਦੀ ਅਵਸਥਾ ਦਾ ਇਹ ਸੁਪਰ ਸਟਾਰ ਜਾਫੀ ਹੈ। ਅੱਜ ਕੱਲ੍ਹ ਵਟੇ ਕੱਢ ਦਿੰਦਾ ਜਿਹਦੇ ਮਗਰ ਪੈਂਦਾ, ਵਟੇ ਕੱਢ ਕੇ ਰੱਖ ਦਿੰਦਾ ਜਿਹਦੇ ਮਗਰ ਪੈਂਦਾ ਹੈ। ਭਾਂਗਰ ਵਾਲੇ ਦਾ ਟੌਪ ਦਾ ਜਫਾ ਹੈ। ਲੈ ਵੀ ਤੂਤਾਂ ਵਾਲੇ ਪ੍ਰੀਤ ਦੀ ਰੇਡ, ਤੇ ਅਮਰੀਕ ਉੱਥੇ ਆ ਜਾ ਜਿੱਥੋਂ ਗੱਲ ਛੱਡੀ ਸੀ। ਤੂਤਾਂ ਵਾਲਾ ਪ੍ਰੀਤ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਆਓ ਕਹਿੰਦੇ 13 ਅਕਤੂਬਰ ਹੋਣੀ ਹੈ ਚੂੜ ਚੱਕ ਦੇ ਮੇਲੇ ਦੀ, ਲਕਸ਼ਮਣ ਸਿੰਘ ਗਿੱਲ ਦੇ ਪਿੰਡ ਰੌਣਕਾਂ ਲੱਗਣਗੀਆਂ। ਮੁੰਡੇ ਕਹਿੰਦੇ ਚੂੜ ਚੱਕ ਵਾਲੇ ਆਏ ਹੋਏ ਆ। ਆਓ ਪ੍ਰੀਤ ਕਹਿੰਦੇ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਸਾਰੇ ਰਾਹ ਬੰਦ ਕਰਤੇ ਮੁੰਡੇ ਨੇ ਔਰ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ। ਆਹ ਕਹਿੰਦੇ ਬਦਰੇ ਵਾਲਾ ਹੈ, ਕਿਉਂਕਿ ਸਤਗੁਰ ਦੇ ਵੀ ਕਹਿੰਦੇ ਚਰਚੇ ਆ, ਕਿਤੇ ਲੱਗੇ ਆੜੇ ਪਿੰਡ ਦੇ ਸੱਤੇ ਵੀ ਹੈ, ਕਹਿੰਦੇ ਜਿਹੜੀਆਂ ਗੱਲਾਂ ਚੱਲੀਆਂ। ਆਓ ਜਾਫੀ ਚਾਰ ਨੇ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਤੇ ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ, ਜਿਹੜੀ ਧਰਤੀ ਦੇ ਵਿੱਚ ਮਿੱਤਰੋ ਗਿੱਲ ਹੋਵੇ ਫਸਲ ਹੁੰਦੀ ਉੱਥੋਂ ਫੇਰ ਪੈਦਾ, ਚੰਨ ਪੁੰਨਿਆਂ ਦਾ ਰਾਤ ਨੂੰ ਦਿਨ ਚਾੜੇ ਮੱਸਿਆ ਕਰਦੀ ਸਦਾ ਹਨੇਰ ਪੈਦਾ, ਜਿਹਨਾਂ ਮਾਪਿਆਂ ਨੇ ਕੀਤੀ ਤਪੱਸਿਆ ਉਹਨਾਂ ਦੇ ਹੁੰਦੇ ਆ ਪੁੱਤ ਪਲੇਰ ਪੈਦਾ, ਉਹਨਾਂ ਦੇ ਹੁੰਦੇ ਆ ਪੁੱਤ ਪਲੇਰ ਪੈਦਾ। ਉਧਰਲੇ ਪਾਸੇ ਜਨੇਰ ਵਾਲੇ ਜੀਤੇ ਦੀ ਰੇਡ ਦੇ ਉੱਤੇ ਕਰਦਾ ਹੋਇਆ ਟਰਾਈ ਰੁੜੇਕਿਆਂ ਵਾਲਾ, ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਦੇ ਵਿੱਚ ਜਾਂਦਾ ਹੋਇਆ। ਅਗਲੀ ਰੇਡ ਘੁੜਸ ਵਾਲੇ ਸੋਨੀ ਦੀ ਹੈ, ਕਬੱਡੀ ਮੇਰੀ ਜਿੰਦ ਜਾਨ ਪੇਜ ਦੇ ਲਈ। ਜੇ ਕਹਿ ਲਈਏ ਨਾ ਸੋਡੂ ਅਰੋੜਾ ਤੋਤੇ ਵਾਲਾ, ਉਹ ਵੀ ਜਿਹੜਾ ਕਹਿੰਦੇ ਨੇ ਵੀ ਇੱਕ ਇੱਕ ਰੇਡ ਦੀ ਗੱਲ ਆਪਣੇ ਪੇਜ ਦੇ ਉੱਤੇ ਸ਼ਰੇਆਮ ਕਰਦਾ ਹੈ, ਸੋ ਧੰਨਵਾਦ ਹੈ। ਇਧਰਲੇ ਪਾਸੇ ਕਬੱਡੀ ਦੀ ਗੱਲ ਕਰੀਏ ਤਾਂ ਘੁੜਸ ਵਾਲਾ ਆ ਗਿਆ, ਜ਼ਿਲ੍ਹੇ ਬਰਨਾਲੇ ਦੇ ਤਪੇ ਦੇ ਏਰੀਏ ਦੀ ਗੱਲ ਚੱਲਦੀ ਹੈ, ਪੱਖੋ ਕੈਂਚੀਆਂ ਦੇ ਏਰੀਏ ਦਾ ਖਿਡਾਰੀ। ਆ ਦੇਖੋ ਸੋਨੀ ਘੁੜਸ ਵਾਲਾ ਹੈਪੀ ਦੇ ਨਾਲ ਮੁਕਾਬਲਾ ਹੋ ਗਿਆ, ਪਰ ਪੁਆਇੰਟ ਜਿਹੜਾ ਘੁੜਸ ਵਾਲੇ ਹੋਡੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। 2007 ਦਾ ਸਮਾਂ ਸੀ ਜਦੋਂ ਤੂਤਾਂ ਵਾਲੇ ਗੁਰਜੀਤ ਨੇ ਵਰਲਡ ਕਬੱਡੀ ਕੱਪ ਦੇ ਵਿੱਚੋਂ ਬੈਸਟ ਰੇਡਰ ਦਾ ਖਿਤਾਬ ਲੈ ਉੱਡਿਆ ਤੇ ਬੜੀ ਚੜ੍ਹਾਈ ਹੋਈ, ਜਿਵੇਂ ਕਹਿੰਦੇ ਅੱਜ ਕੱਲ੍ਹ ਪੰਜਾਬੀ ਫਿਲਮਾਂ ਵਾਲੇ ਹੀਰੋਆਂ ਦੀ ਚੜ੍ਹਾਈ ਹੈ ਨਾ, ਇੰਨੀ ਕੋਈ ਚੜ੍ਹਾਈ ਹੋਈ ਕਬੱਡੀ ਦੇ ਵਿੱਚ। ਪਹਿਲੇ ਮੇਰੇ ਖਿਆਲ ਪੋਸਟਰ ਵੀ ORG.com ਨੇ ਗੁਰਜੀਤ ਵਰਗਿਆਂ ਦੇ ਬਣਾਏ, ਅੱਜ ਕੱਲ੍ਹ ਗੱਲਾਂ ਚੱਲਦੀਆਂ ਨੇ। ਆਹ ਗੁਰਜੀਤ ਦੇ ਪਿੰਡ ਦਾ ਖਿਡਾਰੀ ਹੈ ਤੂਤਾਂ ਵਾਲਾ ਪ੍ਰੀਤਪਾਲ ਸਿੰਘ, ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੰਦਾ ਹੋਇਆ, ਤੇ ਦੂਜੇ ਪਾਸੇ ਮੁੰਡਾ ਜੱਟਾਂ ਦਾ ਬੜਾ ਨੀ ਟੁੱਟ ਪੈਣਾ ਤੇ ਭੂਆ ਕਹਿ ਕੇ ਮੱਥਾ ਟੇਕਦਾ, ਭੂਆ ਕਹਿ ਕੇ ਮੱਥਾ ਟੇਕਦਾ। ਲਓ ਰੇਡ ਕਹਿੰਦੇ ਫਿਰ ਖੇਡ ਦੇ ਮੈਦਾਨ ਦੇ ਵਿੱਚ ਪੈਣ ਲੱਗੀ ਹੈ। ਇੱਧਰ ਕਹਿੰਦੇ ਚਾਰ ਨੇ ਤੇ ਚਾਰੇ ਦੇ ਚਾਰੇ ਤਿਆਰ ਹੋ, ਪੱਟਾਂ ਦੇ ਥਾਪੀਆਂ ਵੱਜ ਰਹੀ ਹੈ, ਜਿਹੜੇ ਗੱਭਰੂ ਨੇ ਬੱਲੇ ਬੱਲੇ ਕਰਵਾਉਣੀ ਹੈ ਕਿਤੇ ਸਮਾਂ ਦੱਸੇਗਾ। ਉਧਰ ਭਾਈ ਸਾਹਿਬ ਉਹਨਾਂ ਵੱਲੋਂ ਜਿਹੜਾ 21,000 ਐਲਾਨ ਹੋਇਆ ਹੈ, ਬਹੁਤ ਵੱਡਾ ਧੰਨਵਾਦ ਹੈ। ਉਧਰ ਕਹਿੰਦੇ ਸੱਭੀ ਗੁੱਸੇ ਵਾਲਾ ਸਾਡਾ ਵੀਰ, ਸੱਭੀ ਗੁੱਸੇ ਵਾਲਾ ਸਾਡਾ ਵੀਰ, ਕਿਤੇ ਇੰਗਲੈਂਡ ਦੇ ਵਿੱਚ ਮੈਡਵੇ ਦੇ ਲਈ ਗੱਲਾਂ ਚੱਲੀਆਂ, ਅਸੀਂ ਉਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ। ਲੈ ਵੀ ਅਮਰੀਕ ਸੱਭੀ ਦੀ ਗੱਲ ਚੱਲੀ, ਮੈਨੂੰ 2006 ਦਾ ਸਮਾਂ ਮੈਂ ਪਹਿਲਾਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਸੀ, ਉਹ ਯਾਦ ਆ ਗਿਆ ਜਦੋਂ ਪਹਿਲੇ ਅਕੈਡਮੀਆਂ ਦੇ ਮੈਚ ਬੋਲੇ ਨਾ, ਕਦੇ ਮੁਸ਼ਕਲ ਦੇ ਨਾਲ ਮੈਨੂੰ ਮੌਕਾ ਮਿਲਿਆ ਹਰਜੀਤ ਫਰਾਂਚ ਕਬੱਡੀ ਕਲੱਬ ਪੱਤੋਂ ਹੀਰਾ ਸਿੰਘ ਦਾ ਮੈਚ ਬੋਲਣ ਦਾ। ਜਦੋਂ ਪਹਿਲੀ ਕਬੱਡੀ ਪਾਈ ਉਹ ਸੀ ਹਿੰਦਰੀ ਤਖਤੂਪੁਰੇ ਦਾ ਤੇ ਦੂਜੀ ਕਬੱਡੀ ਪਾਈ ਉਹ ਸੀ ਸੱਭੀ ਗੁੱਸੇ ਦਾ, ਐਨ ਕਹਿੰਦੇ ਨੇ ਦੋਹਾਂ ਪਤੰਦਰਾਂ ਨੇ ਪੱਟ ਤੇ ਥਾਪੀਆਂ ਮਾਰ ਮਾਰਦਾ, ਮੋਗੇ ਦਾ GST ਗਰਾਊਂਡ ਹਿੱਲਣ ਲਾਤਾ ਸੀ, ਐਨ ਚੋਟੀ ਦੇ ਖਿਡਾਰੀ ਸੱਭੀ ਗੁੱਸੇ ਵਾਲਾ, ਰੂਪ ਮਾਣੂਕਿਆਂ ਵਾਲਾ ਵਿਸ਼ੇ ਤੌਰ ਤੇ ਪੁੱਜੇ ਭਰਾ ਨੇ, ਸੋ ਧੰਨਵਾਦ। ਇਧਰਲੇ ਪਾਸੇ ਭਾਂਗਰ ਵਾਲਾ, ਲੈ ਵੀ ਵੱਡੀਆਂ ਗੱਡੀਆਂ ਸੱਟ ਲੈਂਦਾ ਹੈ, ਕਹਿੰਦੇ ਕਹਾਉਂਦੇ ਦੇ ਕਹਿੰਦੇ ਵੀ ਟਾਇਰਾਂ ਚੋਂ ਹਵਾ ਕੱਢ ਕੇ ਇੱਕ ਚੁੰਡ ਚਲਾ ਦਿੰਦਾ ਹੈ। ਭਾਂਗਰ ਵਾਲਾ ਹੈਪੀ ਟੌਪ ਦਾ ਜਫਾ ਲਾ ਗਿਆ, ਹੈਪੀ ਕਹਿੰਦੇ ਟੌਪ ਦਾ ਜਫਾ ਲਾ ਗਿਆ। ਆ ਕਹਿੰਦੇ
ਪ੍ਰੀਤ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰ। ਮੈਨੂੰ ਲੱਗਦਾ 18-19 ਸਾਲ ਉਮਰ ਹੋਣੀ ਹੈ, ਆਓ ਕਹਿੰਦੇ 18-19 ਸਾਲਾਂ ਦਾ ਮੁੰਡਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਕਿ ਲਾ ਕੇ ਪਰਸੀਰ ਕਦੋਂ ਉੱਗਦੀ ਹੈ ਮੱਕੀਆਂ ਨੇ। ਡਲੂਏ ਦੀ ਸੋਚ ਵਾਲੇ ਕਰਦੇ ਤਰੱਕੀਆਂ ਨੇ, ਲਾਲਚ ਦੇ ਕੀੜੇ ਜਿਹੜੇ ਖੋਪੜੀ ਚ ਪਾਲਦੇ ਬੰਦੇ ਇੱਕ ਦਿਨ ਉਹੀ ਕਰਜਾਈ ਹੁੰਦੇ ਨੇ। 17ਵੇਂ ਤੋਂ ਲੈ ਕੇ ਵੀਰੇ 19ਵੇਂ ਦਾ ਅੱਧ ਸਾਲ ਸਭ ਨਾਲੇ ਜ਼ਿੰਦਗੀ ਦੇ ਢਾਈ ਹੁੰਦੇ ਨੇ। 17ਵੇਂ ਤੋਂ ਲੈ ਕੇ ਵੀਰੇ 19ਵੇਂ ਦਾ ਅੱਧ ਸਾਲ ਸਭ ਨਾਲੇ ਜ਼ਿੰਦਗੀ ਦੇ ਢਾਈ ਹੁੰਦੇ ਨੇ। ਔਰ ਰੇਡ ਕਹਿੰਦੇ ਪੈ ਰਹੀ ਹੈ, ਪਰ ਨੰਬਰ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ, ਆਓ ਜੀਤਾ ਜਨੇਰ ਵਾਲਾ ਮੁੰਡਾ ਕਹਿੰਦੇ ਦੀਪੇ ਦੇ ਪਿੰਡ ਦਾ ਕਬੱਡੀ ਪਾ ਰਿਹਾ। ਅੱਜ ਦੀਪਾ ਵੀ ਕਹਿੰਦੇ ਆਇਆ ਹੋਇਆ, ਬੇਜਰ ਸਿੰਘ ਬਰਾੜ ਬੈਠਾ ਹੋਣਾ, ਕਹਿੰਦੇ ਕੈਲਗਰੀ ਦੇ ਵਿੱਚ ਸਾਡਾ ਵੱਡਾ ਭਰਾ, ਸਾਡਾ ਵੱਡਾ ਭਾਈ ਜਿਹਦੇ ਕਹਿ ਕੱਢਵੇ ਯੋਗਦਾਨ ਅੱਜ ਦੇ ਮੇਲੇ ਦੇ ਲਈ ਹੈ। ਆਓ ਸਾਹਮਣੇ ਦੇਖਾਂਗੇ, ਧੱਕੇ ਮਾਰ ਕੇ ਬਾਹਰ ਕੱਢਿਆ ਤੇ ਮੁੰਡੇ ਨੇ ਕਹਿੰਦੇ ਹੁੱਲੇ ਹੁਲਾਰੇ ਜੇ ਕਰਦੇ ਆ ਵੀ ਮੈਂ ਤੇ ਏਦਾਂ ਹੀ ਕਰਦਾ ਹੁੰਦਾ। ਆਓ ਘੁੜਸਾਂ ਵਾਲਾ ਆ ਗਿਆ ਜਸਵਿੰਦਰ, ਕਰ ਗੱਲ ਮੁੰਡੇ ਦੀ। ਉਧਰਲੇ ਪਾਸੇ ਸੋਨੀ ਰੇਡ ਦੇ ਉੱਤੇ ਹੈ, ਸੋਨੀ ਰੇਡ ਦੇ ਉੱਤੇ ਹੈ ਰਵੀ ਅਮਰੀਕ ਜੀ। ਇਧਰਲੇ ਇਲਾਕੇ ਦੇ ਵਿੱਚ ਭਾਈ ਮੇਜਰ ਨਾ ਹੁੰਦਾ ਤੇ ਮੇਰਾ ਖਿਆਲ ਹੈ ਕਿਸੇ ਨੇ ਕਬੱਡੀ ਦੀ ਬਾਹ ਨਹੀਂ ਸੀ ਫੜਨੀ। ਉਹ ਜੇ ਮਾਲ ਵਿੱਚ ਨਾ ਹੁੰਦਾ ਤਾਂ ਵੀ ਨਹੀਂ ਫੜਨੀ ਸੀ। ਵਾਹ, ਮੇਜਰ ਬਰਾੜ ਨੇ ਕਬੱਡੀ ਦੀ ਦੁਨੀਆ ਦੇ ਵਿੱਚ ਐਨ ਵੱਖਰੇ ਦੇ ਰਿਕਾਰਡ ਪੈਦਾ ਕੀਤੇ ਹੋਏ ਨੇ। ਛੋਟੀ ਦੇ ਖਿਡਾਰੀ ਕਹਿੰਦਾ ਨਿੱਕੇ ਖਿਡਾਰੀਆਂ ਤੋਂ ਲੈ ਕੇ ਵੱਡੇ ਖਿਡਾਰੀਆਂ ਤੱਕ ਬਣਦੇ ਮਾਣ ਦਿੱਤੇ ਹੋਏ ਨੇ। ਮੈਂ ਸਤਿਕਾਰ ਕਰਦੇ ਹਾਂ ਮੇਜਰ ਬਰਾੜ ਦਾ, ਜਿਹਨੂੰ ਕਦੇ ਕੋਈ ਸਾਈਕਲ ਮੰਗਿਆ ਨਹੀਂ ਸੀ ਨਾ ਦਿੰਦਾ, ਮੇਰੇ ਵਰਗਿਆਂ ਨੂੰ ਜਹਾਜੇ ਚੜਾ ਛੱਡਿਆ। ਮੇਜਰ ਬਰਾੜ ਦੇ ਗੁਣ ਕਿੱਥੇ ਕਿੱਥੇ ਦੇਣ ਦੇਵਾਂਗੇ, ਮੇਜਰ ਬਰਾੜ ਦੇ ਗੁਣ ਕਿੱਥੇ ਕਿੱਥੇ ਦੇਣ ਦੇਵਾਂਗੇ। ਰਵੀ ਪ੍ਰੀਤ ਤੂਤਾਂ ਵਾਲਾ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਾਉਂਦਾ ਹੋਇਆ, ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਾਉਂਦਾ ਹੋਇਆ। ਦੂਜੇ ਪਾਸੇ ਚਾਰ ਰੇ ਰਵੀ, ਚਾਰਾਂ ਦੇ ਵਿੱਚੋਂ ਕੌਣ ਵੱਜ ਕੇ ਪਾਲੂ ਵਰਗੇ ਹੋ ਗਿਆ ਟਰਾਈ, ਕਹਿੰਦਾ ਪਾਲੂ ਉਡਾਉਣਾ ਹੈ। ਕੱਦ ਭਾਵੇਂ ਮੱਛੀ ਮੋਟਰ ਜਿੱਡਾ ਪਰ ਕੱਦ ਕੰਮ ਜਿਹੜਾ ਜੀਓ ਦੇ ਟਾਵਰ ਵਾਂਗੂ ਕਰੂ, ਕੱਦ ਭਾਵੇਂ ਮੱਛੀ ਮੋਟਰ ਜਿੱਡਾ ਹੈ ਪਰ ਕੰਮ ਜੀਓ ਦੇ ਟਾਵਰ ਵਾਂਗੂ ਕਰੂ। ਮੈਚ ਸਮਾਪਤ ਹੈ ਤੇ ਭਾਂਗਰ ਹੈਪੀ ਭਾਂਗਰ ਵਾਲਾ ਉੱਧਰ ਖੇਡਦਾ ਜੀ। ਸ਼ਕੂਰ ਜੇਤੂ ਹੈ ਇਸ ਮੈਚ ਦੇ ਵਿੱਚੋਂ, ਸ਼ਕੂਰ ਜੇਤੂ ਹੈ। ਰਵੀ ਥਾਂਦੇ ਵਾਲੇ ਦਾ ਮੈਚ ਕਿਹਦੇ ਨਾਲ ਹੈ? ਸ਼ਕੂਰ ਜੇਤੂ ਰਹੀ ਹੈ